ਸੱਚ ਦੱਸਾਂ ਜਮਾ ਸਵਾਦ ਨਹੀਂ ਬਣੀ। ਵੀਡੀਓ ਸਿੱਧੀ ਸਟਾਰਟ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਭਜੋਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਇਸ ਪੀਆਰ ਜਰਨੀ ਦੀ ਸੀਰੀਜ਼ ਦੇ ਵਿੱਚ, ਜਿਸ ਦੇ ਵਿੱਚ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿ ਮੇਰੀ ਪੀਆਰ ਜਰਨੀ ਕਿੱਦਾਂ ਕਿੱਦਾਂ ਚੱਲ ਰਹੀ ਹੈ, ਤਾਂ ਕਿ ਜਦੋਂ ਤੁਸੀਂ ਆਪਣੀ ਪੀਆਰ ਦੀ ਫਾਈਲ ਲਾਓ ਤਾਂ ਤੁਸੀਂ ਵੀ ਇੱਦਾਂ ਇੱਦਾਂ ਸਟੈਪ ਬਾਏ ਸਟੈਪ ਸਾਰਾ ਕੰਮ ਕਰੋ ਅਤੇ ਸੌਖਾ ਕੰਮ ਹੋ ਜਾਵੇ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਵੈਸ ਬਾਰੇ। ਵੈਸ ਜਿਹੜੀ ਮੇਰੀ ਸੀ ਨਾ, ਮੈਂ ਤਾਂ ਇੰਡੀਆ ਤੋਂ ਕਰਵਾ ਕੇ ਆਇਆ ਸੀ ਜਦੋਂ ਮੈਂ 2018 ਦੇ ਵਿੱਚ ਗਿਆ ਸੀ, ਅਤੇ ਹੁਣ ਮੈਂ ਇਹਦੀ ਡੰਮੀ ਵੀਡੀਓ ਬਣਾ ਦੇਣੀ ਆ ਤਾਂ ਕਿ ਤੁਹਾਨੂੰ ਨੌਲੇਜ ਮਿਲਦੀ ਰਹੇ ਕਿ ਕਿੱਦਾਂ ਇਹਦੀ ਆਪਾਂ ਐਪਲੀਕੇਸ਼ਨ ਭਰਨੀ ਆ, ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਐਪਲੀਕੇਸ਼ਨ ਵੈਸ ਦੀ ਭਰਦੇ ਨੇ ਫਿਰ ਕਾਲਜ ਤੋਂ ਸਾਈਨ ਵਗੈਰਾ ਕਰਾਉਣੇ ਹੁੰਦੇ ਆ, ਉਹ ਆਪਾਂ ਲਾਈਕ ਇਨ ਡਿਟੇਲ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਐਪਲੀਕੇਸ਼ਨ ਭਰ ਲਈਏ, ਬਾਅਦ ਵਿੱਚ ਜਿਹੜੇ ਡਾਊਟ ਵਗੈਰਾ ਮੈਨੂੰ ਪਤਾ ਤੁਹਾਡੇ ਕਿਹੜੇ ਕਿਹੜੇ ਡਾਊਟ ਹੋਣਗੇ ਉਹ ਐਂਡ ਤੇ ਕਲੀਅਰ ਕਰਾਂਗੇ ਸਾਰੇ। ਚਲੋ ਫਿਰ ਆਪਾਂ ਲੈਪਟਾਪ ਚੱਕਣੇ ਆ ਅਤੇ ਐਪਲੀਕੇਸ਼ਨ ਭਰਨੇ ਆ। ਐਪਲੀਕੇਸ਼ਨ ਭਰਨ ਲਈ ਪਹਿਲਾਂ ਤਾਂ ਖੋਲੋ ਗੂਗਲ ਬਾਬਾ, ਉਹਦੇ 'ਤੇ ਭਰੋ vets.org, ਜਿਹੜਾ ਪਹਿਲੇ ਵਾਲਾ ਲਿੰਕ ਹੋਏਗਾ ਆਪਾਂ ਉਹਨੂੰ ਕਲਿੱਕ ਕਰਨਾ, ਅਤੇ ਇਸ ਤੋਂ ਬਾਅਦ ਆਪਾਂ ਰਜਿਸਟਰ ਹੋਣਾ ਇਹਦੇ ਵਿੱਚ। ਰਜਿਸਟਰ ਕਰਨ ਦੇ ਲਈ ਸਾਈਨ ਇਨ 'ਤੇ ਕਲਿੱਕ ਕਰੋ, ਹੁਣ ਆਪਾਂ ਰਜਿਸਟਰ ਹੈ ਨਹੀਂ ਇਹਦੇ ਵਿੱਚ, ਅਤੇ ਤੁਸੀਂ ਜਾਣਾ ਆ new to vets, ਓਕੇ, ਕ੍ਰੀਏਟ ਐਨ ਅਕਾਊਂਟ US ਜਾਂ ਕੈਨੇਡਾ, ਭਾਈ ਜੀ ਅਸੀਂ ਤਾਂ ਰਹਿੰਦੇ ਕੈਨੇਡਾ ਦੇ ਵਿੱਚ, ਹਾਂਜੀ ਕੈਨੇਡਾ ਭਰਾਂਗੇ, ਓਕੇ। ਇਹ ਤਿੰਨ ਤਰ੍ਹਾਂ ਦੀ ਵੈਸ ਦੀ ਐਪਲੀਕੇਸ਼ਨ ਹੁੰਦੀ ਆ, ਸਟੈਂਡਰਡ ਐਪਲੀਕੇਸ਼ਨ, IR, CC ਵਾਲੀ, ਅਤੇ ਐਗਰੀ ਫੂਡ ਪਾਇਲਟ, ਜਿਹਦੇ ਵਿੱਚ ਤੁਸੀਂ ਫੋਲੋ ਕਰਦੇ ਹੋ ਕਰ ਸਕਦੇ ਹੋ। ਵੈਸੇ IR CC ਵਾਲੀ ਹੁੰਦੀ ਆ ਜਿਨ੍ਹਾਂ ਨੇ ਲਾਈਕ CC ਦੀ ਫਾਈਲ ਲਾਉਣੀ ਹੁੰਦੀ ਆ। ਚਲੋ ਸਟਾਰਟ ਐਪਲੀਕੇਸ਼ਨ। ਇਹਦੇ ਵਿੱਚ ਈਮੇਲ ਐਡਰੈਸ ਭਰਨਾ ਪਏਗਾ ਤੁਹਾਨੂੰ, ਜਿੱਥੇ ਇੱਕ ਲਾਈਕ ਕੋਡ ਜਾਏਗਾ ਜਿਹੜਾ ਆਪਾਂ ਫਰਦਰ ਭਰਨਾ, ਜਿੱਦਾਂ ਹੁਣ ਦੇਖੋ ਮੈਂ ਭਰ ਰਿਹਾ, ਇਹ ਲਾਈਕ ਡਮੀ ਈਮੇਲ ਵੀ ਆ, ਤੁਸੀਂ ਇਹ ਖੋਲ੍ਹ ਖੋਲ੍ਹ ਕੇ ਜਾਂ ਫਿਰ ਮੈਨੂੰ ਇਹਦੇ 'ਤੇ ਈਮੇਲ ਵਗੈਰਾ ਨਾ ਕਰਨ ਲੱਗ ਜਾਓ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਹੈ, ਉਹਦੇ ਲਈ ਮੈਂ ਲਾਈਕ ਸੈਪਰੇਟ ਦਿੱਤੀਆਂ ਹੋਈਆਂ ਈਮੇਲ, ਓਕੇ। ਹੁਣ ਵੈਰੀਫਿਕੇਸ਼ਨ ਕੋਡ ਦੇਖ ਲਓ, ਮੇਰੀ ਜੀਮੇਲ 'ਤੇ ਆ ਗਿਆ ਆ, ਓਕੇ। ਦਿਸ ਵੈਰੀਫਿਕੇਸ਼ਨ ਕੋਡ ਨੂੰ ਆਪਾਂ ਕਾਪੀ ਕਰਨਾ ਆ ਅਤੇ ਦੂਸਰੀ ਸਾਈਡ 'ਤੇ ਪੇਸਟ ਕਰਨਾ ਆ। ਲਾਈਕ ਥੋੜ੍ਹਾ ਜਿਹਾ ਟ੍ਰਿਕੀ ਹੁੰਦਾ ਹੈ, ਬਸ ਉਹ ਤੁਹਾਨੂੰ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ, ਇਸ ਕਰਕੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ, ਇਹ ਨਾ ਹੋਵੇ ਵੀ ਉਹ ਕੋਈ ਇੱਕ ਪਾਰਟ ਮਿਸ ਹੋ ਜਾਵੇ ਅਤੇ ਉਹਦੇ ਵਿੱਚ ਤੁਸੀਂ ਗਲਤੀ ਕਰ ਦਿਓ, ਜਿਹੜਾ ਕਿ ਇੱਥੇ ਗਲਤੀ ਵਾਲਾ ਪਾਰਟ ਜ਼ਿਆਦਾਤਰ ਹੁੰਦਾ ਆ। ਫਸਟ ਨੇਮ ਅਤੇ ਲਾਸਟ ਨੇਮ ਦੇ ਵਿੱਚ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਬੰਦਿਆਂ ਨੂੰ ਜਦੋਂ PR ਦੀ ਫਾਈਲ ਲਾਉਣੀ ਅਤੇ ਜਦੋਂ ਵੈਸ ਕਰਾਉਣਾ ਹੁੰਦਾ ਹੈ। ਗਿਵਨ ਨੇਮ ਜਿਹੜਾ ਹੁੰਦਾ ਤੁਹਾਡੇ ਪਾਸਪੋਰਟ 'ਤੇ ਲਿਖਿਆ ਹੋਇਆ, ਗਿਵਨ ਨੇਮ ਲਾਸਟ ਨੇਮ ਜਿਹੜਾ ਤੁਹਾਡਾ ਫੈਮਿਲੀ ਨੇਮ ਹੈਗਾ, ਮੋਸਟਲੀ ਆ ਜਿਹੜੇ ਆਪਣੇ ਪੰਜਾਬੀ ਜਾਂ ਇੰਡੀਅਨ ਹੁੰਦੇ ਇਹਨਾਂ ਦਾ ਲਾਈਕ ਲਾਸਟ ਨੇਮ ਨਹੀਂ ਹੁੰਦਾ, ਇਸ ਕਰਕੇ ਆਪਾਂ ਜਿਹੜਾ ਸਾਰਾ ਨਾਮ ਆ ਉਹ ਆਪਾਂ ਇੱਦਾਂ ਹੀ ਭਰ ਦੇਣਾ, ਜਿਵੇਂ ਹੁਣ ਮੇਰਾ ਨਾਮ ਪ੍ਰਭਜੋਤ ਸਿੰਘ ਆ, ਮੈਂ ਪੂਰਾ ਇੱਥੇ ਭਰ ਦੇਣਾ, ਮੇਰੇ ਪਾਸਪੋਰਟ 'ਤੇ ਜੋਸਨ ਨਹੀਂ ਲਿਖਿਆ ਹੋਇਆ, ਇਸ ਕਰਕੇ ਮੈਂ ਉੱਥੇ ਜੋਸਨ ਨਹੀਂ ਭਰੂੰਗਾ ਲਾਸਟ ਨੇਮ ਦੇ ਵਿੱਚ। ਲਾਸਟ ਨੇਮ ਦੇ ਵਿੱਚ ਤੁਸੀਂ ਡੋਟ ਭਰ ਦੇਣਾ, ਫਿਰ ਇਹ ਲਾਈਕ ਫਾਈਲ ਪ੍ਰੋਸੈਸ ਹੋ ਜਾਏਗੀ, ਨਹੀਂ ਤਾਂ ਫਾਈਲ ਅੱਗੇ ਲਾਈਕ ਪ੍ਰੋਸੈਸ ਹੀ ਨਹੀਂ ਹੁੰਦੀ ਹੁੰਦੀ, ਇੱਥੇ ਹੀ ਅੜ ਜਾਂਦਾ ਹੁੰਦਾ ਕੰਮ। ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਭਰਾਂਗੇ, ਜਿੱਦਾਂ ਕਿ ਡੇਟ ਆਫ ਬਰਥ, ਮੇਰੀ ਡੇਟ ਆਫ ਬਰਥ ਹੈਗੀ ਹੈ ਜੀ February 1, 1995 ਕਹੀ ਜਾਂਦਾ ਸੀ, ਅਤੇ ਬਰਥਡੇ 'ਤੇ ਵਿਸ਼ ਵਗੈਰਾ ਕਰ ਦਿਆ ਕਰੋ ਫਿਰ ਆਪਾਂ ਨੂੰ ਆ ਗਿਆ ਜਦੋਂ ਜੇ ਤੁਹਾਡਾ ਦਿਲ ਕਰੇ, ਜਸਟ ਕਿਡਿੰਗ ਬ੍ਰੋ। ਉਸ ਤੋਂ ਬਾਅਦ ਆਹ ਦੇਖੋ ਅਗਲਾ ਜਿਹੜਾ ਹੈਗਾ ਨਾ ਰੈਫਰੈਂਸ ਨੰਬਰ, ਇਹਦੇ 'ਤੇ ਤੁਸੀਂ ਧਿਆਨ ਦੇਣਾ, ਜਿਹੜਾ ਤੁਹਾਡਾ ਰੈਫਰੈਂਸ ਨੰਬਰ ਨਿਕਲੇਗਾ ਇਹ ਜਦੋਂ ਤੁਸੀਂ ਐਪਲੀਕੇਸ਼ਨ ਪੂਰੀ ਸਬਮਿਟ ਕਰ ਦੋਗੇ ਨਾ, ਉਸ ਤੋਂ ਬਾਅਦ ਨਿਕਲੇਗਾ, ਅਤੇ ਇਸ ਨੂੰ ਬਹੁਤ ਧਿਆਨ ਦੇ ਨਾਲ ਤੁਸੀਂ ਰੱਖਣਾ ਆ। ਇਹ ਲਾਈਕ ਅਲੱਗ ਅਲੱਗ ਚੀਜ਼ਾਂ 'ਤੇ ਯੂਜ਼ ਹੁੰਦਾ ਆ। ਪਾਸਵਰਡ ਜਿਹੜਾ ਤੁਸੀਂ ਭਰਨਾ ਆ, ਪਹਿਲਾ ਵੱਡਾ ਲੈਟਰ, ਉਸ ਤੋਂ ਬਾਅਦ ਵਿੱਚ @ ਜਾਂ ਫਿਰ ਕੋਈ ਇੱਦਾਂ ਦਾ ਭਰ ਦਿਓ, ਜਿੱਦਾਂ ਕਿ ਮੈਂ ਹੁਣ ਪ੍ਰਭ ਭਰ ਰਿਹਾ, Capital P ਅੱਗੇ @ ਪਾ ਕੇ 123 ਵਾਲਾ ਪਾਸਵਰਡ ਮੈਂ ਤਾਂ ਲਾਈਕ ਇੱਦਾਂ ਹੀ ਜ਼ਿਆਦਾਤਰ ਭਰ ਦੇਣਾ, ਓਕੇ। ਅਤੇ ਹੁਣ ਦੇਖ ਲਓ ਮੈਂ ਤੁਹਾਨੂੰ ਪਾਸਵਰਡ ਹੀ ਦੱਸ ਰਿਹਾ, ਲੌਗਇਨ ਕਰਕੇ ਨਾ ਦੇਖਣ ਲੱਗ ਜਾਓ। ਸਕਿਉਰਿਟੀ ਕੁਐਸਚਨ, ਫੇਵਰੇਟ ਟੀਮ ਕਿਹੜੀ ਆ, ਮੇਰੇ ਤਾਂ ਹੈਗੀ ਆ ਜੀ ਬਾਰਸਾ। ਹੁਣ ਜਿਹੜੀ ਆਹ ਵਾਲਾ ਆ, ਤੁਸੀਂ ਸਬਸਕ੍ਰਾਈਬ ਨਹੀਂ ਕਰਨਾ ਕਿਉਂਕਿ ਤੁਹਾਨੂੰ ਨਹੀਂ ਤਾਂ ਬੜੇ ਈਮੇਲ ਵਗੈਰਾ ਆਉਣਗੇ, ਇਸ ਕਰਕੇ ਇੱਦਾਂ ਸਿੱਧਾ ਕ੍ਰੀਏਟ ਅਕਾਊਂਟ ਕਰੋ, ਓਕੇ ਜੀ। ਇਨ ਡਿਟੇਲ ਮੈਂ ਦੱਸ ਰਿਹਾ ਤਾਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਵੀ ਤੁਹਾਨੂੰ ਪਤਾ ਲੱਗਦੀਆਂ ਰਹਿਣ। ਹੁਣ ਦੇਖ ਲਓ ਲਾਸਟ ਨੇਮ ਉਹੀ ਅੱਗੇ ਆ ਗਿਆ, ਉੱਥੇ ਮੈਂ ਡੋਟ ਪਾਇਆ ਹੋਇਆ, ਜੈਂਡਰ ਲਾਈਕ ਮੇਲ ਆ ਗਿਆ। ਹੁਣ ਇੱਥੇ ਜਿਹੜਾ ਐਡਰੈਸ ਪਾਉਣਾ ਹੈ ਨਾ, ਰੈਜੀਡੈਂਸ ਐਡਰੈਸ, ਜਿੱਥੇ ਤੁਸੀਂ ਮੇਲ ਕਰਾਉਣੀ ਆ ਆਪਦੀ ਵੈਸ, ਉਹ ਵਾਲਾ ਐਡਰੈਸ ਆਪਾਂ ਪਾਉਣਾ ਆ। ਲਾਈਕ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ, ਕੈਨੇਡਾ ਦਾ ਪਾਓ, ਜੇ ਇੰਡੀਆ ਦੇ ਵਿੱਚ ਰਹਿੰਦੇ ਹੋ, ਇੰਡੀਆ ਦਾ ਪਾਓ। ਓਕੇ, ਮੈਂ ਕੈਨੇਡਾ ਦੇ ਵਿੱਚ ਰਹਿੰਦਾ, ਮੈਂ ਕੈਨੇਡਾ ਵਾਲਾ ਐਡਰੈਸ ਇੱਥੇ ਅਪਲੋਡ ਕਰਨ ਲੱਗਾ, ਕੈਨੇਡਾ ਦਾ। ਹੁਣ ਇੱਥੇ ਆ ਗਿਆ ਆਪਣਾ ਸਿੱਧਾ ਐਡਰੈਸ, ਚਲੋ ਆਟੋਮੈਟਿਕ ਹੈ ਸਾਰਾ ਕੁਝ। ਹਾਂਜੀ, ਟੈਲੀਫੋਨ ਨੰਬਰ ਇੱਥੇ ਤੁਸੀਂ ਆਪਦਾ ਪਾ ਸਕਦੇ ਹੋ, ਫੋਨ ਨੰਬਰ, ਜਾਂ ਫਿਰ ਜੇ ਤੁਸੀਂ ਇੰਡੀਆ 'ਚ ਮੰਗਾਉਣੀ ਆਪਦੇ ਘਰਦਿਆਂ ਦਾ ਪਾ ਸਕਦੇ ਹੋ। ਵੈਸੇ ਜ਼ਿਆਦਾਤਰ ਲੋੜ ਤਾਂ ਨਹੀਂ ਪੈਂਦੀ, ਅਤੇ I'm sorry ਮੈਂ ਤੁਹਾਨੂੰ ਆਪਣਾ ਨੰਬਰ ਨਹੀਂ ਦੇ ਸਕਦਾ ਕਿਉਂਕਿ ਫਿਰ ਲਾਈਕ ਜੇ ਤੁਸੀਂ ਕੰਟੈਕਟ ਕਰਨਾ ਤੁਸੀਂ ਇੰਸਟਾਗ੍ਰਾਮ 'ਤੇ ਕਰ ਸਕਦੇ ਹੋ, ਆਪਾਂ ਉੱਥੇ ਖੁੱਲ੍ਹੀ ਬਾਤ ਗੱਲਬਾਤ ਕਰ ਸਕਦੇ ਹਾਂ। ਨਾਓ ਜਿਨ੍ਹਾਂ ਨੇ PhD ਕੀਤੀ ਹੋਈ ਆ ਉਹਨਾਂ ਦੇ ਲਈ ਇਹ ਚੀਜ਼ ਧਿਆਨ ਨਾਲ ਸੁਣਨੀ ਆ ਤੁਸੀਂ, ਜਿਨ੍ਹਾਂ ਨੇ PhD ਕੀਤੀ ਹੋਈ ਆ ਉਹਨਾਂ ਨੂੰ ਬੈਚਲਰ ਅਤੇ ਮਾਸਟਰਸ ਕਰਵਾਉਣ ਦੀ ਲੋੜ ਨਹੀਂ ਆ, ਅਤੇ ਜਿਨ੍ਹਾਂ ਨੇ ਮਾਸਟਰਸ ਕੀਤੀ ਹੋਈ ਆ ਉਹਨਾਂ ਨੂੰ ਬੈਚਲਰ ਅਤੇ 12th ਕਰਾਉਣ ਦੀ ਲੋੜ ਨਹੀਂ ਹੈ, ਅਤੇ ਜਿਨ੍ਹਾਂ ਨੇ ਬੈਚਲਰ ਕੀਤੀ ਹੋਈ ਆ ਉਹਨਾਂ ਨੂੰ ਅੱਗੇ ਕਰਾਉਣ ਦੀ ਲੋੜ ਨਹੀਂ ਹੈ 12th। ਪਰ ਵਾਲੀ ਗੱਲ ਕੀ ਆ ਹੁਣ ਇਹਦੇ ਵਿੱਚ, ਜਿਨ੍ਹਾਂ ਨੇ ਇੰਡੀਆ ਤੋਂ ਮਾਸਟਰਸ ਕੀਤੀ ਹੈ ਨਾ ਉਹਨਾਂ ਨੂੰ ਬੈਚਲਰ ਕਰਾਉਣ ਦੀ ਲੋੜ ਹੈ, ਉਹਨਾਂ ਨੂੰ ਦੋਨੋਂ ਡਿਗਰੀਆਂ
ओके इंडियन एजुकेशन है मेरी, टाइप ऑफ एजुकेशन की है यूनिवर्सिटी एजुकेशन है, ठीक है, की अपलाई कर रहे हैं आप भरना है लाइक बैचलर डिग्री प्रोग्राम, उस तो बाद इंस्टीट्यूशन केड़ा सी, हूँ पीटीयू वाले सुन लें जिदा मैं पंजाब टैक्निकल यूनिवर्सिटी पीटीयू तो पढ़ा, तुम इतने आपके कॉलेज का नाँ नहीं लिखना, आई के गुजरात लिखना, जिम्मे कई पंजाबी यूनिवर्सिटी के जिदा कॉलेज साढ़े आर एस डी कॉलेज है वो अपनी पंजाबी यूनिवर्सिटी का लाइक इतने नाम लिखने, ठीक है, नेम ऑफ डिपलोमा, हूँ मेरा इतने है जी बैचलर ऑफ टैक्नोलॉजी, लाइक जिन्होंने बी टैक की होंगी वो बैचलर ऑफ टैक्नोलॉजी ही भरने, लाइक वो थले सारे तौर आ जाने जिद जिद फॉल करते हो ले लो, फिर देख लो सेम उही चीज़ आ गई, फस्ट नेम मैं आपका नाम भर देना है, लास्ट नेम के मैं डॉट पा देना है, उस तो बाद अपना फील्ड ऑफ स्टडी इतने हूँ तुम पाँना, कि डिग्री की है, सिविल की है, मकैनिकल की है, ई सी ई की है, जो भी किया इतने पाँना, उत्ते नहीं पाँना, उत्ते जस्ट बैचलर आऊगा, ठीक है, बैचलर कादे विच कदों तो की है 2016 में मैं पास आउट हाँ, 12 तो 16 लैके मेरा लाइक हैगा सी की उन्होंने कहते बैच, ओके हूँ आ देखो इतने मेरा आ गया आई के गुजराल यूनिवर्सिटी में, तुम एडिट कर सकते हो, डिलीट कर सकते हो, जो थोड़ा होर हैगी है मास्टर्स हैगी है या डिप्लोमा हैगा एड क्रेडेंशियल कर सकते हो, उस तो बाद आप सीधा नैक्सट क्लिक करना जो थोड़े कोई बैचलर है जिदा कि मेरे को कल बैचलर से हूँ मैं सीधा नैक्सट पर क्लिक कर दूंगा, ओके इतने आ देख लो मेरा एड्रेस वगैरह आ गया, हूँ कॉपी ऑफ वैस सर्टिफिकेट है ना जरा इतने ही आएगा जो एड्रेस मैं इतने लिखा हुआ है, ओके तो इस तो बाद आप फिर नैक्सट करना है, हूँ इतने आ जाता कि तुम ऑनलाइन एक फीस भरनी है, तुम्हें पी डी एफ देगी लाइक वैस भेजूगा, एक रिपोर्ट आएगी थोड़े घर बुला बुला, यदा यार मतलब बेकार दी चीज़ा जो तुम करना करो पढ़ना पढ़ो नहीं तो ना अभी $220 थोड़े लगन गए, तो जी पोस्टल फीस होंगी है वो थोड़ी जी अलग लगती है लाइक वो डिपेंड करता $10-$20 होंगी आ देखो आ गई, ओके $10 स्टैंडर्ड शिपिंग $25 उदा तुम $10 ही भरो क्योंकि $25 भरना फायदा नहीं $15 एक्सट्रा लगनगे, हूँ इतने आता जी चीज़ की मैं गल की कि जे थोड़े को मास्टर्स हैगी है तो तुम्हें की करना है, तुम्हें लाइक बैचलर करवानी है कि नहीं, आ देखो हूँ थले पढ़ो, इफ यू हैव इंडियन मास्टर डिग्री और एन इंडियन पोस्ट ग्रैजुएशन तो तुम जी बैचलर करवानी पेगी, जे थोड़े को इंडियन पी एच डी आ फिर नहीं करवानी पेगी, तो ये लाइक ये भी हैगा छोट भी हैगी कि मास्टर ऑफ एजुकेशन इंजीनियरिंग फिलोसफी तो टैक्नोलॉजी जे थोड़े को फिर तुम्हें डिग्री करवा की लड़ नहीं है, ये अपना जिदा तुम एप्लीकेबल हो उस तरीके देखना पेगा, ओके हूँ अगे गल की है कि तुम कभी भी डिप्लोमा या फिर डिग्री वैस में सीधा नहीं भेजना, वैस तो सिर्फ तुम एक डॉक्यूमेंट डाउनलोड करना है ओहो ही आप भर के अपनी कॉलेज की वैबसाइट पर अपलोड करना है, जिदा हूँ मेरा पी टी यू है मैं इतों एक फॉर्म कढ़ूँगा मैं कॉलेज की वैबसाइट पर अपलोड करूँगा, कॉलेज ट्रांसक्रिप्ट अपलोड कराँगा, सारा कुछ उत्थे अपलोड करके अपने आप अगे चल जूगा, आ देखो हूँ मेरी डिग्री का लाइक कॉलेज का नाम भी इतने हैगा, इन्हों मैं जो खोल के देखा इतने तुम लॉग इन कर सकते हो, साइनअप पहला करना फिर उस तो बाद लॉग इन करना, फिर तुम अपने डॉक्यूमेंट उत्थे लाइक सबमिट करने जिदिया ट्रांसक्रिप्ट हो दूजे नंबर से एक ऑफिशियल डिग्री होएगी, तो तीजे नंबर पर जरा आ वाला फॉर्म निकलेगा वो वाला होएगा, वो फॉर्म तुम्हें कितने कढ़ना बैक जाना है अकैडमिक रिकॉर्ड खोलना है, ये हूँ तुम फॉर्म में भरना है सेम उ बस नाम लाइक फस्ट नेम के भर देना लास्ट नेम के नहीं, इतने स्पैलिंग वगैरह की जो मिसटेक हो गई तो माफ़ करना जल्दी जल्दी सारा कुछ कर रहे हैं, रोल नंबर वगैरह भरना जोड़ा थले लिखा हुआ है ना फॉर ऑथराइज्ड ऑफिशियल ये थोड़ा कॉलेज तुम्हें भर के देगा, किसी किसी कॉलेज के भर के देंगे किसी किसी कॉलेज के कहें सीधा ही तुम अपलोड कर दो कोई लड़ नहीं है, जिदा हूँ पी टी यू के तुम अपने कॉलेज जाना जिदा हूँ मैं सी जी सी गया सी, मैं उतों आ सारा कुछ भरवा के थले उन्होंने साइन करा के तो फिर वैस रैफरेंस नंबर इतने भरना आ तुम ये चीज़ का ध्यान रखियो, हजे तक जनरेट नहीं हो कदों जनरेट होगा जो आप वैस की फीस भर देंगे उदो बाद जनरेट होएगा, चलो वापस जाने थले जाने तो उस तो बाद इतने लाइक आ देखो इतने भी एक वैस नंबर लिखा हुआ है ना वैस रैफरेंस नंबर, ये वैस रैफरेंस नंबर उदों ही निकलेगा तो तुम किसी को कोई मेल नहीं करना सिर्फ कॉलेज की वैबसाइट पर जाके उत्थे अपलोड करना, इतने कई बार ना गलती हो जाती हूँ तुहाडे सामने सी मैं लास्ट नेम नहीं सी भरिया है ना फिर भी इतने आ गया, फिर तुम्हें की करना एडिट कर लेना इनू तो एडिट करके आप फिर पहले वाली विंडो पर चल जाएंगे, पर घबराने की लोड़ नहीं है इतने डॉट पाओ उत्थे सिंग पा दो सेव एंड एग्जिट पर क्लिक नहीं करना थले जाना थले ठीक है थले जाके तुम बैक टू रिव्यू कर देना, ओके हूँ देखते हैं हूँ की गलबात बनी है उत्थे कमान ओके आ देख लो हूँ आ गया प्रभजोत सिंह जिहड़ा लास्ट नेम आ लाइक फैमिली नेम उत्थे डॉट आ गया, तो तुहानू वैसे डरन की लोड़ नहीं है कई बार इधर उधर हो जाता है जे हो भी जाए तो वैस में ईमेल कर सकते हो या फिर ट्विटर से उन्होंने कॉन्टैक्ट कर सकते हो लाइक ईमेल का जवाब थोड़ा जहा लेट आता होंगे इन्हों का मैंने पता है कई बार टाइम ला देंगे, सारे टिक करो कन्फर्म करो ओके तो इतने तुम अपना नाम नूम कन्फर्म करना सारा कुछ अगे जाना है अगे तुम फीस भरनी है ओके जी इन्ने फी इन्ने डॉलर आ तुम क्रैडिट चूज़ करना डेबिट चूज़ करना जो भी चूज़ करना कर सकते हो, एप्लीकेशन का काम हो गया हूँ जो रेफरेंस नंबर थोड़ा जनरेट होया ना उन्होंने जो मैं डॉक्यूमेंट गया भरो
ਠੀਕ ਆ। ਅਤੇ ਉਸ ਤੋਂ ਬਾਅਦ ਆਪਣੀ ਕਾਲਜ ਦੀ ਵੈਬਸਾਈਟ 'ਤੇ ਜਾਓ, ਜਿੱਦਾਂ ਮੈਂ ਦੱਸਿਆ ਸੀ ਤੁਹਾਨੂੰ, ਜਿੱਦਾਂ ਮੇਰੀ IK ਗੁਜਰਾਲ ਸੀ, ਠੀਕ ਆ, ਉੱਥੇ ਜਾ ਕੇ ਤੁਸੀਂ ਆਪਦਾ ਲੌਗਇਨ ਕਰਨਾ, ਉੱਥੇ ਟਰਾਂਸਕ੍ਰਿਪਟ ਭਰਨੀਆਂ ਆਪਦੀਆਂ, ਉੱਥੇ ਤੁਸੀਂ ਭਰਨਾ ਆ ਆਪਦੀ ਡਿਗਰੀ ਜਿਹੜੀ ਓਫਿਸ਼ੀਅਲ ਤੁਹਾਨੂੰ ਮਿਲੀ ਆ ਉਹ ਪੂਰੇ ਸਕੈਨ ਕਰਕੇ ਭਰਨਾ ਆ। ਅਤੇ ਜੇ ਤੁਹਾਡੇ ਕੋਲ ਆਈਫੋਨ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਟ੍ਰਿਕ ਦੇ ਦੇਣਾ ਕਿ ਨੋਟਸ ਦੇ ਵਿੱਚ ਜਾ ਕੇ ਵੀ ਸਕੈਨ ਹੋ ਜਾਂਦਾ ਹੈ, ਕੋਈ ਲਾਈਕ ਵੱਡੇ ਸੋਫਟਵੇਅਰ ਜਾਂ ਫਿਰ ਉੱਦਾਂ ਦੀ ਲੋੜ ਨਹੀਂ ਆ ਕਰਨੀ, ਨੋਟਸ 'ਚ ਜਾਓ ਆਪਦੇ ਕੈਮਰੇ 'ਤੇ ਕਲਿੱਕ ਕਰੋ ਅਤੇ ਉੱਥੇ ਸਕੈਨ ਡਾਕੂਮੈਂਟ ਆ ਜਾਂਦਾ ਹੈ। ਹੁਣ ਜਿਹੜੀਆਂ ਲੋਕ ਗਲਤੀਆਂ ਕਰਦੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ। ਕਈ ਵਾਰੀ ਕੀ ਹੁੰਦਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਜਿਹੜੀ, ਜਿੱਦਾਂ ਹੁਣ ਮਾਸਟਰਸ ਵਾਲੀ ਆਪਾਂ ਗੱਲ ਕੀਤੀ ਸੀ, ਸਾਡੀ ਮਾਸਟਰਸ ਇਕੱਲੀ ਵੈਲੂਏਸ਼ਨ ਹੋ ਜਾਏਗੀ ਗਿਣੀ, ਜਿੱਦਾਂ ਹੁਣ ਜਿਹੜੀ MBA ਹੁੰਦੀ ਹੈ ਨਾ, MBA ਮਾਸਟਰਸ ਦੇ ਵਿੱਚ ਨਹੀਂ ਗਿਣੀ ਜਾਂਦੀ, ਲਾਈਕ ਇੰਡੀਆ 'ਚ ਤਾਂ ਮਾਸਟਰਸ ਹੀ ਗਿਣੀ ਜਾਂਦੀ ਆ, ਪਰ ਜੇ ਤੁਸੀਂ ਕੈਨੇਡਾ ਦੇ ਨਾਲ ਵੈਲੂਏਟ ਕਰਕੇ ਦੇਖਦੇ ਹਾਂ ਆਪਾਂ ਨੂੰ, ਤਾਂ ਉਹ ਡਿਪਲੋਮੇ ਦੇ ਵਿੱਚ ਗਿਣੀ ਜਾਂਦੀ ਹੈ। ਅਤੇ ਇਸ ਕਰਕੇ ਜਿਹੜੇ MBA ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਦੋਨੋਂ ਡਿਗਰੀਆਂ ਕਰਾਉਣੀਆਂ ਪੈਂਦੀਆਂ, MBA ਵੀ ਕਰਾਉਣੀ ਪੈਂਦੀ ਆ ਅਤੇ ਬੈਚਲਰ ਵੀ ਕਰਾਉਣੀ ਪੈਂਦੀ ਆ। ਜਿਹੜੇ ਹੁਣ ਲਾਈਕ ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿਹੜੀਆਂ ਕਿਹੜੀਆਂ ਹੈਗੀਆਂ ਜਿੱਥੇ ਤੁਸੀਂ ਲਾਈਕ ਤੁਹਾਨੂੰ ਬੈਚਲਰ ਕਰਾਉਣ ਦੀ ਲੋੜ ਨਹੀਂ ਆ। ਜੇ ਤੁਸੀਂ ਸਪਾਊਸਲ ਵੀਜ਼ਾ ਲਾ ਰਹੇ ਹੋ ਨਾ, ਠੀਕ ਆ, ਲਾਈਕ ਤੁਸੀਂ ਦੋਨੇ PR ਆ ਰਹੇ ਹੋ ਇੰਡੀਆ ਵਾਲਿਆਂ ਵਾਸਤੇ, ਥੋੜ੍ਹੀ ਜਿਹੀ ਟਿਪ ਆ, ਪਲੀਜ਼ ਦੋਨੋਂ ਜਣੇ ਆਪਦੀ ਵੈਲੂਏਸ਼ਨ ਕਰਾਓ, ਕਿਉਂਕਿ ਕਈ ਵਾਰੀ ਹੁੰਦਾ ਜੇ ਤੁਸੀਂ ਪਲੱਸ ਟੂ ਵੀ ਕੀਤੀ ਆ, ਡਜ਼ਨਟ ਮੈਟਰ, ਜੇ ਤੁਸੀਂ ਪਲੱਸ ਟੂ ਵੀ ਕੀਤੀ ਆ ਤਾਂ 2 ਤੋਂ 3 ਪੁਆਇੰਟ ਤੁਹਾਨੂੰ ਮਿਲ ਜਾਂਦੇ ਆ, ਜਿਹੜਾ ਤੁਹਾਡਾ ਪ੍ਰਾਇਮਰੀ ਕੈਂਡੀਡੇਟ ਹੁੰਦਾ ਹੈ ਉਹਨੂੰ ਮਿਲ ਜਾਂਦੇ ਆ, ਅਤੇ ਉਹਦੇ ਨਾਲ ਕੀ ਆ 2 ਪੁਆਇੰਟ ਵੀ ਮਿਲ ਗਏ ਯਾਰ, ਕੱਟ ਆਫ ਦਾ ਤੁਹਾਨੂੰ ਪਤਾ ਹੀ ਹੈ ਕਿੱਦਾਂ ਕਿੱਦਾਂ ਚੱਲਦੀ ਪਈ ਆ। ਜੇ ਤੁਸੀਂ ਇੱਥੇ ਵੀ ਹੋ ਤਾਂ ਫਿਰ ਵੀ ਇਹ ਚੀਜ਼ ਜ਼ਰੂਰ ਕਰਾਓ। ਕਈ ਵਾਰੀ ਕੀ ਹੁੰਦਾ ਕਿ ਆਪਣਾ ਨੇਮ ਨਾ ਡਿਫਰੈਂਟ ਹੁੰਦਾ, ਪਾਸਪੋਰਟ ਦੇ ਡਿਫਰੈਂਟ, ਜਿਹੜਾ ਕਾਲਜ ਵਾਲਾ ਹੁੰਦਾ ਆ ਲਾਈਕ ਟਰਾਂਸਕ੍ਰਿਪਟ ਹੁੰਦੀ ਆ ਉਹਦੇ ਲਈ ਡਿਫਰੈਂਟ ਹੁੰਦਾ ਆ, ਅਤੇ ਡਰਨ ਦੀ ਲੋੜ ਨਹੀਂ ਹੈ। ਜਦੋਂ ਆਪਾਂ PR ਦੀ ਫਾਈਲ ਲਾਵਾਂਗੇ, ਇਹ ਨਹੀਂ ਵੀ ਤੁਸੀਂ ਕਹਿਣਾ ਵਿਆਹ 'ਤੇ ਮੇਰਾ ਨਾਂ ਹੋਰ ਆ ਗਿਆ ਉਹਦੇ 'ਤੇ ਹੋਰ ਆ ਗਿਆ, ਅਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਆਪਾਂ ਬਾਅਦ ਵਿੱਚ ਨਾ ਇੱਕ ਐਫੀਡੇਵਿਟ ਹੁੰਦਾ ਆ, ਜਦੋਂ ਆਪਾਂ PR ਦੀ ਫਾਈਲ ਲਾਉਂਦੇ ਹਾਂ ਉਦੋਂ ਆਪਾਂ ਉਹ ਸਬਮਿਟ ਕਰ ਸਕਦੇ ਹਾਂ ਕਿ ਭਾਈ ਸਾਡਾ ਐਫੀਡੇਵਿਟ ਆ ਅਤੇ ਨਾਮ ਇੱਦਾਂ ਇੱਦਾਂ ਕਰਕੇ ਲਾਈਕ ਕਾਲਜ ਦੇ ਵਿੱਚ ਗਲਤ ਆ ਗਿਆ, ਅਤੇ ਇੰਨਾ ਜ਼ਿਆਦਾ ਬੋਦਰ ਨਹੀਂ ਕਰਦੇ ਲਾਈਕ IRCC ਵਾਲੇ, ਕੋਈ ਬਾਲਾ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ। ਕਈ ਯੂਨੀਵਰਸਿਟੀਜ਼ ਨਾ ਬੜੀਆਂ ਸੁਸਤ ਹੁੰਦੀਆਂ, ਜਿਵੇਂ ਕਿ ਮੈਂ ਸੁਣਿਆ ਇੱਕ ਦੋ ਜਗ੍ਹਾ 'ਤੇ, ਤੁਹਾਨੂੰ ਕਹਿਣਗੇ ਕਿ ਤੁਸੀਂ ਯਾਰ ਆਪ ਹੀ ਮੇਲ ਕਰ ਦਿਓ, ਪਰ ਤੁਸੀਂ ਆਪ ਮੇਲ ਨਹੀਂ ਕਰ ਸਕਦੇ, ਤੁਹਾਡੇ ਤੁਸੀਂ ਕਾਲਜ ਜਾਓਗੇ ਤੁਹਾਨੂੰ ਸਾਰੇ ਤੁਹਾਡੇ ਨਾਲ ਟਰਾਂਸਪੋਰਟ ਵਗੈਰਾ ਜੋ ਵੀ ਸਾਰਾ ਕੁਝ ਦੇਣਗੇ ਉਹ ਸੀਲਡ ਹੋਏਗਾ, ਉਹਦੇ ਉੱਤੇ ਤੁਸੀਂ ਲਾਈਕ ਪੋਸਟ ਆਫਿਸ ਦਾ ਜਿਹੜਾ ਐਡਰੈਸ ਵਗੈਰਾ ਉਹ ਲਿਖਣਾ ਹੁੰਦਾ, ਵੈਸੇ ਦਾ ਜੋ ਵੀ ਹੁੰਦਾ ਆ ਉਹ ਤੁਹਾਨੂੰ ਲਾਈਕ ਯੂਨੀਵਰਸਿਟੀ ਆਪ ਦੱਸ ਦੂਗੀ, ਪਰ ਉਹ ਜ਼ਿਲ੍ਹੇ ਇੰਨੇ ਹੁੰਦੇ ਉਹ ਪੋਸਟ ਨਹੀਂ ਕਰਨਾ ਚਾਹੁੰਦੇ ਹੁੰਦੇ, ਅਤੇ ਤੁਸੀਂ ਮੇਕ ਸ਼ੋਰ ਕਿ ਜਿੱਥੋਂ ਤੁਸੀਂ ਪੋਸਟ ਕਰੋ ਨਾ ਉਹ ਯੂਨੀਵਰਸਿਟੀ ਦਾ ਹੀ ਐਡਰੈਸ ਹੋਵੇ, ਸਮਝੇ ਨਾ, ਵੀ ਇਹ ਨਹੀਂ ਵੀ ਤੁਸੀਂ ਘਰ ਵਾਲੇ ਪੋਸਟਲ ਆਫਿਸ ਤੋਂ ਜਾ ਕੇ ਕਰ ਦੇਣਾ, ਉੱਥੋਂ ਚੱਕੋ ਉੱਥੇ ਹੀ ਆਪਦਾ ਪੋਸਟ ਕਰ ਦਿਓ। ਬਾਕੀ ਹੁਣ ਬੜਿਆਂ ਦਾ ਕੁਐਸਚਨ ਹੋਏਗਾ ਕਿ ਬਾਈ ਟਾਈਮ ਕਿੰਨਾ ਲੱਗ ਜਾਂਦਾ ਆ, ਲਾਈਕ ਮੈਨੂੰ ਤਾਂ 3 ਮੰਥ ਲੱਗ ਗਏ ਸੀ ਯਾਰ, 2.5 ਤੋਂ 3 ਮੰਥ ਲਾਈਕ ਔਨਲਾਈਨ ਆਉਣ 'ਤੇ, ਫਿਰ ਆਪਾਂ ਲਾਈਕ ਜਿਹੜੀ ਔਨਲਾਈਨ ਆਈ ਹੁੰਦੀ ਹੈ ਨਾ ਉਹਨੂੰ ਵੀ ਆਪਾਂ ਸਕੈਨ ਕਰਕੇ ਅੱਗੇ ਭੇਜ ਸਕਦੇ ਹਾਂ, ਲਾਈਕ ਹਾਰਡ ਕਾਪੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਅਤੇ ਇਹਦੀ ਜਿਹੜੀ ਵੈਲਿਡਿਟੀ ਹੁੰਦੀ ਆ ਉਹ 5 ਸਾਲ ਦੀ ਹੁੰਦੀ ਆ, ਅਤੇ ਤੁਹਾਡੇ ਲਈ ਨਾ ਇੱਕ ਹੋਰ ਛੋਟੀ ਜਿਹੀ ਟਿਪ ਆ ਕਿ ਜੇ ਤੁਸੀਂ ਵੈਸੇ ਦੇ ਥਰੂ ਨਹੀਂ ਜਾਣਾ ਚਾਹੁੰਦੇ, ਲਾਈਕ ਕਈ ਯੂਨੀਵਰਸਿਟੀਜ਼ ਨੂੰ ਅਪਰੂਵ ਨਹੀਂ ਕਰਦੇ, ਤਾਂ ਤੁਸੀਂ IQAS ਦੇ ਥਰੂ ਜਾ ਸਕਦੇ ਹੋ, ਅਤੇ ਉਹਨਾਂ ਦੀ ਇੱਕ ਨਾ ਬੜੀ ਵਧੀਆ ਗੱਲ ਆ, ਵੈਸੇ ਉਹ ਟਾਈਮ ਤਾਂ ਜ਼ਿਆਦਾ ਲਾ ਦਿੰਦੇ ਆ 6 ਮਹੀਨੇ, ਵੈਸੇ ਜਿੱਦਾਂ 2-3 ਮਹੀਨਿਆਂ 'ਚ ਹੋ ਜਾਂਦੀ ਆ, ਉਹਨਾਂ ਦੀ ਵਧੀਆ ਗੱਲ ਕੀ ਆ ਕਿ ਜਿਹੜੀਆਂ ਕਈ ਡਿਗਰੀਜ਼ ਹੈਗੀਆਂ ਨਾ ਮਾਸਟਰਸ ਦੀਆਂ ਉਹ ਮਾਸਟਰਸ ਦੇ ਵਿੱਚ ਹੀ ਕੰਸੀਡਰ ਕਰਦੇ ਆ। ਇਹ ਮੇਨ ਕੀ ਹੁੰਦਾ, ਜਿਹੜੀ ਇਹ ਵਾਲੀਆਂ ਪ੍ਰਾਈਵੇਟ ਏਜੰਸੀਜ਼ ਹੀ ਹੁੰਦੀਆਂ, ਇਹਨਾਂ ਨੇ ਇਹ ਦੱਸਣਾ IRCC ਨੂੰ ਕਿ ਭਾਈ ਜਿਹੜਾ ਬੰਦਾ ਇੰਡੀਆ ਤੋਂ ਆ ਰਿਹਾ ਜਾਂ ਫਿਰ ਜਿਹੜੇ ਬੰਦੇ ਨੇ ਇੰਡੀਆ ਤੋਂ ਡਿਗਰੀ ਕੀਤੀ ਆ ਉਹਦੀ ਡਿਗਰੀ ਦੀ ਕੈਨੇਡਾ ਦੇ ਵਿੱਚ ਇੰਨੀ ਵੈਲਿਊ ਆ, ਠੀਕ ਆ, ਅਤੇ IRCC ਨੇ ਉਹਨਾਂ ਦੇ ਹਿਸਾਬ ਨਾਲ ਲਾਈਕ ਉਹਨਾਂ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਹੈਗੇ, ਕਹਿ ਲਓ ਤੁਸੀਂ, ਉਹਨਾਂ ਨੇ ਉਸ ਹਿਸਾਬ ਨਾਲ ਆਪਦੀ ਲਾਈਕ ਉਹ ਦੇ ਦੇਣੇ ਆ ਉਹਨੂੰ ਪੁਆਇੰਟਸ ਦੇ ਦੇਣੇ ਆ ਬੰਦਿਆਂ ਨੂੰ, ਅਤੇ ਪਲੀਜ਼ ਤੁਸੀਂ ਇਹ ਕੰਮ ਪਹਿਲਾਂ ਹੀ ਕਰਾ ਕੇ ਰੱਖੋ। ਵੈਸੇ ਤਾਂ ਹੁੰਦਾ ਕਿ ਜਿਹੜੀ IELTS ਹੁੰਦੀ ਆ ਉਸ ਤੋਂ ਪਹਿਲਾਂ ਹੀ ਇਹ ਕੰਮ ਕਰਾ ਲਓ, ਕਿਉਂਕਿ ਇਸ ਨੂੰ ਜ਼ਿਆਦਾ ਟਾਈਮ ਲੱਗਦਾ PCC ਦੇਣ ਨੂੰ, ਠੀਕ ਆ, PCC ਆਪਾਂ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਤਾ, ਜੇ ਨਹੀਂ ਦੇਖੀ ਤਾਂ ਉਹ ਕਰਵਾ ਲਓ, ਠੀਕ ਆ। ਅਤੇ ਹੁਣ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਭਰਾ ਦਾ IELTS ਦਾ ਰਿਜ਼ਲਟ ਆ ਜਾਣਾ, ਫਿਰ ਦੇਖਦੇ ਹਾਂ ਕਿੰਨੇ ਕੁ ਪੁਆਇੰਟ ਬਣਦੇ ਆ, ਪੂਲ 'ਚ ਫਾਈਲ ਪਾਉਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ। ਬਾਕੀ ਜੇ ਚੈਨਲ 'ਤੇ ਨਵੇਂ ਆਇਓ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਵਧੀਆ ਲੱਗੀ ਹੈ ਲਾਈਕ ਜ਼ਰੂਰ ਕਰੋ, ਠੀਕ ਆ ਜੀ। ਅਤੇ ਕੋਈ ਕੁਐਸਚਨ ਹੈਗਾ ਕਮੈਂਟ ਕਰੋ, ਜੇ ਲੰਬੀ ਚੌੜੀ ਗੱਲਬਾਤ ਕਰਨੀ ਹੈ ਇੰਸਟਾਗ੍ਰਾਮ 'ਤੇ ਆ ਜਾਓ, ਸਿੱਧੀ ਸਿੱਧੀ ਜੀ ਗੱਲ। ਓਕੇ ਜੀ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ।